ਵੀਰੇ ਮੈਂ ਤਾਂ ਦਰਅਸਲ ਕੱਲ੍ਹ ਦਾ ਦਿੱਲੀ ਗਿਆ ਵਾ ਸੀਗਾ ਨਾ, ਮੈਨੂੰ ਜਦੋਂ ਹੀ ਵੈਸੇ ਕੱਲ੍ਹ ਪਤਾ ਲੱਗ ਗਿਆ ਸੀਗਾ ਵੀ ਆਹ ਜਿਹੜੀ ਘਟਨਾ ਵਾਪਰ ਗਈ, ਸਾਡੇ ਕੋਲ ਸੀਸੀਟੀਵੀ ਫੁੱਟ ਜਾ ਗਈ ਸੀਗੀ, ਜਦੋਂ ਚੱਕ ਕੇ ਲੈ ਗਏ, ਪੇਪਰ ਦੇਣ ਗਿਆ ਸੀ ਲਾਦਾ ਪਟਿਆਲੇ, ਉੱਥੋਂ ਨੂੰ ਚੱਕ ਕੇ ਲੈ ਗਏ, ਤੇ ਇਹ ਸਾਡੇ ਕੋਲ ਬਾਈ ਅੱਜ ਹੱਥ ਨੇ ਪਹੁੰਚਿਆ, ਉਹ ਵੀ ਬੇਹੋਸ਼ੀ ਦੀ ਹਾਲਤ 'ਚ ਪਹੁੰਚਿਆ, ਉੱਥੋਂ ਜਾ ਕੇ ਅਸੀਂ ਪਟਿਆਲੋਂ ਬੰਦੇ ਲੈ ਕੇ ਆਏ। ਪਰ ਮੈਨੂੰ ਆ ਕੇ ਜਦੋਂ ਪੁੱਛਿਆ, ਪਹਿਲਾਂ ਦੱਸ ਹੀ ਨਹੀਂ ਸੀ ਰਿਹਾ ਵੀ ਯਾਰ ਇੰਨਾ ਡਰਿਆ ਹੋਇਆ ਸੀ, ਹੈ ਨਾ, ਕਿਉਂਕਿ ਪਹਿਲਾਂ ਬਾਈ ਇਹ 2 ਮਹੀਨੇ ਹੋ ਗਏ ਲਗਾਤਾਰ ਬਿਮਾਰ ਰਿਹਾ, DMC ਦਾਖਲ ਰਿਹਾ, ਕਿਸੇ ਸੰਘਰਸ਼ ਦੇ ਵਿੱਚ ਵੀ ਇੱਕ ਅੱਧਾ ਦਿਨ ਭਾਵੇਂ ਗਿਆ ਹੋਵੇ, ਕਦੇ ਗਿਆ ਹੀ ਨਹੀਂ। ਤੇ ਇਹ ਜਿਹਾ ਇਹਨਾਂ ਨੇ ਮਤਲਬ ਕਹਿੰਦੇ ਮੈਨੂੰ ਦੱਸਿਆ, ਉਹ ਕਹਿੰਦਾ ਮੈਨੂੰ ਇੱਥੋਂ ਲਿਜਾ ਕੇ ਤਾਂ ਉਹਨੇ ਗੱਡੀ 'ਚ ਸੁੱਟ ਕੇ ਮੇਰੇ ਮੂੰਹ 'ਚ ਬਾਈ ਕੱਪੜਾ ਦੇ ਤਾ, ਉੱਤੋਂ ਦੀ ਮੇਰੇ ਬੰਨ੍ਹ ਕੇ ਲੀੜਾ ਅੱਖਾਂ ਉੱਖਾਂ ਬੰਨ੍ਹ ਲਈਆਂ, ਗਾਹਾਂ ਜਾ ਕੇ ਮੈਨੂੰ ਕੁੱਟਣ ਲੱਗ ਕੇ ਦੱਸਿਆ, ਕਹਿੰਦੇ ਵੀ ਅਸੀਂ ਦਿੱਲੀ ਸਪੈਸ਼ਲ ਸੈੱਲ ਵਾਲੇ ਜਿਹਨਾਂ ਨੇ ਦੀਪ ਨੂੰ ਫੜਿਆ ਸੀ, ਅਸੀਂ ਉਹ ਹਾਂ। ਤਾਂ ਇਹਨੂੰ ਬਾਈ ਲਿਜਾ ਕੇ ਤਲੀਆਂ ਤੁਲੀਆਂ ਵੀ ਕੁੱਟੀਆਂ, ਬਾਕੀ ਤੁਸੀਂ ਦੇਖ ਕੇ ਆਏ ਹੋ ਬਾਈ, ਸਾਰੇ ਆ ਲੀਲ ਪਾਏ ਪਏ ਆ ਮਗਰ, ਹੈ ਨਾ, ਕੁੱਟ ਕੁੱਟੇ ਦੇ। ਤਾਂ ਉਹਦੇ ਚ ਇਹਨਾਂ ਨੇ ਮਤਲਬ ਕਿ ਇਹਨੂੰ ਮੈਨੂੰ ਪੁੱਛਿਆ, ਮੈਂ ਕਿਹਾ ਵੀ ਵਜ੍ਹਾ ਕੀ ਸੀ, ਉਹ ਕਹਿੰਦੇ ਸਾਨੂੰ ਪੁੱਛਦੇ ਰਹੇ ਵੀ ਲੱਖਾਂ ਕਿੱਥੇ ਆ, ਲੱਖਾਂ ਕਿੱਥੇ, ਹੈ ਨਾ। ਤਾਂ ਕਹਿੰਦੇ ਵੀ ਅਸੀਂ ਵੀ, ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਹੈ ਵੀ ਇਹ, ਕਹਿੰਦੇ ਤੂੰ ਲੱਖੇ ਦੀਆਂ ਰੇਲਿੰਗਾਂ ਦਾ ਪ੍ਰਬੰਧ ਕਰਦਾ, ਐਂ ਕਰਦਾ, ਉਹ ਕਰਦਾ, ਹੈ ਨਾ। ਤੇ ਮਤਲਬ ਕਿ ਇਹਨੂੰ ਕਹਿੰਦੇ ਵੀ ਤੈਨੂੰ ਆਹ ਟ੍ਰੇਲਰ ਦਿਖਾਇਆ, ਦੱਸਦੀ ਲੱਖੇ ਨੇ ਤੂੰ ਕਈ ਗੁਣਾ ਭੈੜੀ ਕਰਨੀ ਆ, ਨਹੀਂ ਸੰਘਰਸ਼ ਦਾ ਛੱਡੇ ਖੜਾ ਤੇ ਪੇਸ਼ ਹੋ ਜੇ, ਕੁਛ ਨਹੀਂ ਕਹਿੰਦੇ, ਤੇ ਨਹੀਂ ਹੋ ਸਕਦਾ ਅਸੀਂ ਇਨਕਾਊਂਟਰ ਵੀ ਕਰਦੇ, ਯਾਨੀ ਇਸ ਤਰ੍ਹਾਂ ਦੀਆਂ ਬਾਈ ਇਹਨੂੰ ਵੀ ਡਰਾਇਆ ਧਮਕਾਇਆ ਜਾਂ ਹੋਰ ਕੀਤਾ। ਤਾਂ ਬਾਈ ਗੱਲ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਵੀ ਹਾਲਾਤ ਜਿਹੜੇ ਬਣ ਰਹੇ ਨੇ, ਮੈਂ ਪੰਜਾਬ ਮੁੱਖ ਮੰਤਰੀ ਨੂੰ ਸਿੱਧੀ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣ ਰਹੇ ਨੇ, ਪਹਿਲਾਂ ਸਾਡੇ ਮੁੰਡਿਆਂ ਨੂੰ ਬਥੇਰਿਆਂ ਨੂੰ ਹੋਰ ਨੂੰ ਟਾਰਗੇਟ ਕੀਤਾ, ਰਣਜੀਤ ਵਰਗੇ, ਜੱਗੀ ਵਰਗੇ ਹੋਰ ਮੁੰਡਿਆਂ ਨੂੰ ਥਾਣਿਆਂ 'ਚ ਲਿਜਾ ਲਿਜਾ ਕੁੱਟਿਆ, ਛੱਦਰ ਕੀਤਾ, ਜੇਲ੍ਹਾਂ 'ਚ ਵੀ ਕੁੱਟੇ ਗਏ ਸਾਡੇ ਨੌਜਵਾਨ। ਹੁਣ ਇਹਨਾਂ ਨੇ ਇਸ ਤਰ੍ਹਾਂ ਜਿਹੜੇ ਮੇਰੇ ਵਰਗੇ ਸੰਘਰਸ਼ਾਂ ਦੇ ਵਿੱਚ ਅੱਗੇ ਲੱਗੇ ਹੋਏ ਨੇ, ਉਹਨਾਂ ਨੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ, ਜਿਹਨਾਂ ਦਾ ਕੋਈ ਕਸੂਰ ਵੀ ਨਹੀਂ। ਇਸ ਤਰ੍ਹਾਂ ਐਡਾ ਤਸ਼ੱਦਰ ਯਾਰ, ਕਿੱਡੀ ਨੇਰ ਕਰਦੀ ਹੈ, ਕਿੱਡੀ ਗੁੰਡਾ ਕਰਦੀ ਹੈ ਪੁਲਿਸ ਦੀ, ਇਹ ਜਿਹੜੀ ਵਰਸ਼ਾ ਕਰਦੀ ਹੈ, ਇਹੋ ਜਿਹੇ ਹਾਲਾਤ ਪੈਦਾ ਹੋ ਰਹੇ। ਹੋ ਸਕਦਾ ਬਾਈ ਕੱਲ੍ਹ ਨੂੰ, ਮੈਂ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਯਾਰ ਪਤਾ ਨਹੀਂ ਹੈ ਕੋਈ ਕੱਲ੍ਹ ਨੂੰ ਤੁਹਾਡਾ ਧੀ ਪੁੱਤ ਕਦੋਂ ਚੱਕ ਕੇ ਬੱਸ ਅੱਡੇ ਲੈ ਜਾਣ, ਕਦੋਂ ਸਟੇਸ਼ਨ ਤੋਂ ਲੈ, ਕਦੋਂ ਹੀ ਚੱਕ ਕੇ ਲੈ ਜਾਣ, ਪਤਾ ਵੀ ਨਾ ਲੱਗੇ ਮਾਰ ਕੇ ਖਪਾ ਦੇਣਗੇ। ਪੰਜਾਬ ਦੇ ਲੋਕਾਂ ਨੂੰ ਵੀ ਮੈਂ ਕਹਿੰਦਾ ਵੀ ਸਾਨੂੰ ਇਸ ਮਸਲੇ ਦੇ ਲਾਮ ਬੰਦ ਹੋ ਗਏ, ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ। ਤੇ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਵੀ ਪੰਜਾਬ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਆ, ਕੋਈ ਥਾਣੇ ਰਪਟ ਨਹੀਂ ਦਰਜ ਪਟਿਆਲੇ, ਕੋਈ ਕੰਪਲੇਂਟ ਕੋਈ ਸ਼ਿਕਾਇਤ ਤਾਂ ਦਰਜ ਕਰਾਈ, ਤਲਾਹ ਦਿੱਤੀ ਹੁੰਦੀ, ਸਿੱਧਾ ਚੱਕ ਕੇ ਲਿਜਾਂਦੇ ਆ, ਪਰਚਾ ਬਣਦਾ ਬਾਈ ਸਿੱਧਾ ਦਿੱਲੀ ਪੁਲਿਸ ਦੇ ਉੱਤੇ। ਤੇ ਇਹ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ, ਮੁੱਖ ਮੰਤਰੀ ਨੂੰ ਅਪੀਲ ਕਰਦਾ ਵੀ ਤੈਨੂੰ ਖੁਦ ਇਸ ਗੱਲ ਦੇ ਉੱਤੇ ਆਪ ਇਸ ਗੱਲ ਦੀ ਜ਼ਿੰਮੇਵਾਰੀ ਲੈ ਕੇ ਦਿੱਲੀ ਪੁਲਿਸ ਤੇ ਪਰਚਾ ਦੇਣਾ ਚਾਹੀਦਾ। ਦੂਜਾ ਮੈਂ ਸਾਡਾ ਸਾਂਝਾ ਮੋਰਚਾ, ਕਿਸਾਨ ਸਾਂਝਾ ਮੋਰਚਾ, ਉਹਦੇ ਆਗੂਆਂ ਨੂੰ, ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਬਾਰੀ ਸਾਹਿਬ ਦੀ ਆਉਣੀ ਹੈ। ਪਤਾ ਨਹੀਂ ਕੱਲ੍ਹ ਨੂੰ ਇਹਨਾਂ ਨੇ ਕਿੰਨਾ ਨੂੰ, ਕਿਉਂਕਿ ਇਹਨਾਂ ਦਾ ਮਕਸਦ ਆ ਘੋਲ ਨੂੰ ਕਿਵੇਂ ਖੰਡਾਉਣਾ, ਘੋਲ ਨੂੰ ਕਿਵੇਂ ਤਾਰ ਪਿੰਡੋ ਕਰਨਾ, ਕਿਵੇਂ ਇਹਨਾਂ ਲੋਕਾਂ ਨੂੰ ਡਰਾਉਣਾ, ਦਹਿਸ਼ਤ ਦਾ ਮਾਹੌਲ ਪੈਦਾ ਕਰਨਾ। ਇਸ ਤਰ੍ਹਾਂ ਹੋਰ ਬਾਈ 10 ਨੌਜਵਾਨ ਚੱਕ ਕੇ ਪੰਜਾਬ 'ਚੋਂ ਕੁੱਟ ਤੇ ਲੋਕ ਡਰ ਜਾਣਗੇ, ਲਗਨ ਉਸ ਆਹ ਹਾਲਾਤ ਹੋਣ ਲੱਗ ਗਏ। ਸੋ ਜਿਹੜਾ ਸਾਨੂੰ ਸਮਾਂ ਪਹਿਲਾਂ ਹੀ ਬੋਲਣਾ ਚਾਹੀਦਾ ਸੀ, ਸਾਡੇ ਆਗੂਆਂ ਨੂੰ ਮੈਂ ਬੇਨਤੀ ਕਰਦਾ ਵੀ ਪਹਿਲਾਂ ਬੋਲਣਾ ਚਾਹੀਦਾ, ਸਾਡੇ ਉਦੋਂ ਜੇ ਅਸੀਂ ਬੋਲੇ ਹੁੰਦੇ ਆ ਨੌਬਤ ਨਹੀਂ ਸੀ ਆਉਣੀ। ਹੁਣ ਜੇ ਅੱਜ ਵੀ ਨਾ ਅਸੀਂ ਬੋਲੇ, ਅੱਜ ਵੀ ਨਾ ਮੈਂ ਕੋਈ ਇਸ ਤਰ੍ਹਾਂ ਦੀ ਸਾਂਝੇ ਮੋਰਚੇ ਨੇ ਕੋਈ ਕਾਰਵਾਈ ਕੀਤੀ, ਕੋਈ ਐਕਸ਼ਨ ਲਿਆ, ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਹਾਲਾਤ ਬਹੁਤ ਮਾੜੇ ਕਰਨੇ ਆ, ਕਿਉਂਕਿ ਇਹਨਾਂ ਨੇ ਲੰਮੇ ਸਮੇਂ ਤੋਂ ਬਈ ਇਹ ਮਾਹੌਲ ਬਣਿਆ ਹੋਇਆ, ਲੰਮੇ ਸਮੇਂ ਤੋਂ ਇਹ ਮਾਹੌਲ ਇਹਨਾਂ ਨੇ ਬਣਾਤਾ। ਲੋਕੇਸ਼ਨਾਂ ਲਕੂਸ਼ਨਾਂ ਸਾਰੀਆਂ ਇਹਨਾਂ ਦੇ ਕੋਲੇ ਨੇ ਬਈ, ਫੋਨ ਫਾਨ ਸਾਰਿਆਂ ਨੇ ਫੋਟੋਆਂ ਚੱਕੀ ਫਿਰਦੇ ਨੇ, ਕਿਉਂਕਿ ਜਿਹੜਾ ਬੰਦਾ ਬਈ ਸੰਘਰਸ਼ 'ਚ ਗਿਆ ਉਹਨੂੰ ਇਹ ਟਾਰਗੇਟ ਕਰ ਰਹੇ ਨੇ। ਮਕਸਦ ਸਿਰਫ ਦੇ ਸਿਰਫ ਸਾਫ਼ ਹੈ ਕਿ ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਖੰਡਾਉਣਾ, ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਖਤਮ ਕਰਨਾ। ਪਰ ਅਸੀਂ, ਮੈਂ ਸਾਫ਼ ਗੱਲ ਕਰ ਦਿੰਦਾ, ਜੋ ਮਰਜ਼ੀ ਹੋ ਜੇ ਅੰਦੋਲਨ ਤੋਂ ਕਿਸੇ ਵੀ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟਾਂਗੇ।